ਤਸਵੀਰਾਂ ਜਲਪੁਰ ਖੇੜੇ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਬੈਠਦੇ ਹੁੰਦੇ ਸੀਗੇ ਲੋਕਾਂ ਦੀਆਂ ਜਿਹੜੀਆਂ ਮੁਸੀਬਤਾਂ ਹੁੰਦੀਆਂ ਸੀ ਉਹਨਾਂ ਦਾ ਹੱਲ ਕੀਤਾ ਜਾਂਦਾ ਸੀ ਉਸ ਜਗ੍ਹਾ ਦੀਆਂ ਤਸਵੀਰਾਂ ਸਾਂਝੀਆਂ ਕਰ ਦਿੰਦੇ ਹਾਂ ਜਿੱਥੇ ਇੱਕ ਡਰੱਗ ਐਡਿਕਸ਼ਨ ਸੈਂਟਰ ਖੋਲਿਆ ਜਾ ਰਿਹਾ ਸੀ ਤਾਂ ਗੱਲ ਕੀਤੀ ਜਾਵੇ ਜਿਵੇਂ ਨਸ਼ਾ ਛਡਾਉਂਦੇ ਸੀਗੇ ਤਾਂ ਕੋਈ ਉਹਦੇ ਵਾਸਤੇ ਡਾਕਟਰ ਦੀਆਂ ਟੀਮਾਂ ਵੀ ਬੁਲਾਈਆਂ ਜਾਂਦੀਆਂ ਸੀ ਹਾਂਜੀ ਰੈਗੂਲਰ ਡਾਕਟਰ ਆਉਂਦੇ ਦੋ ਤੇ ਕਿੰਨੀ ਕੁ ਦੇਰ ਬਾਅਦ ਜਿਹੜੀਆਂ ਡਾਕਟਰ ਦੀਆਂ ਟੀਮਾਂ ਇੱਥੇ ਵਿਜ਼ਿਟ ਕਰਦੀਆਂ ਸੀ ਸਵੇਰੇ 10 ਵਜੇ ਆ ਜਾਂਦੀਆਂ ਸੀ ਰੋਜ਼ ਆਉਂਦੀਆਂ ਸੀਗੀਆਂ ਡੇਲੀ ਡੇਲੀ ਆਉਂਦੇ ਡੇਲੀ ਆਉਂਦੇ 10 ਤੋਂ ਲੈ ਕੇ 2 ਵਜੇ ਤੱਕ ਰਹਿੰਦੇ ਸੀ ਇੱਕ 2 ਵਜੇ ਤੱਕ ਜਿਵੇਂ ਕਹਿੰਦੇ ਕਿ ਜੇ ਨਸ਼ਾ ਕਰਦੇ ਹੁਣ ਨੌਜਵਾਨ ਤੋਂ ਉਸ ਤੋਂ ਬਾਅਦ ਜਿਹੜੀ ਨਸ਼ੇ ਦੀ ਤੜਪ ਮੱਚਦੀ ਹੈ ਤੇ ਉਹਦੇ ਵਾਸਤੇ ਕੀ ਕੀਤਾ ਜਾਂਦਾ ਹੈਗਾ ਉਹ ਤੜਪ ਮੱਚਦੀ ਉਹਨਾਂ ਨੂੰ ਟੇਬਲੇਟ ਦਿੱਤੀ ਜਾਂਦੀ ਆ 4-5 ਦਿਨ ਦਵਾਈ ਤਾਂ ਹਫਤਾ ਇੱਕ ਦਵਾਈ ਦਿੱਤੀ ਜਾਂਦੀ ਆ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਜਦੋਂ ਇੱਥੋਂ ਅੰਮ੍ਰਿਤ ਸੰਚਾਰ ਵੀ ਕਰਾਉਂਦੇ ਰਹੇ ਆ ਨਸ਼ਾ ਵੀ ਛਡਾਉਂਦੇ ਰਹੇ ਆ ਤਾਂ ਹੁਣ ਇੱਥੇ ਕਿੰਨੀ ਕੁ ਗਿਣਤੀ ਦੇ ਵਿੱਚ ਨੌਜਵਾਨ ਆ ਜਿਹੜੇ ਨਸ਼ਾ ਛਡਾਣੇ ਗਏ ਹੁਣ ਤੇ ਭਾਈ 5-6 ਜਣੇ ਰਹਿ ਗਏ ਸੇਵਾਦਾਰ ਆ ਨਸ਼ੇ ਵਾਲੇ ਮੁੰਡੇ ਸਾਰੇ ਭੱਜ ਗਏ ਇੱਥੋਂ ਕਿੰਨੇ ਬਚਾਏ ਕਿ ਤੋਂ ਆਪੇ ਚਲ ਗਏ ਆਪੇ ਕੁਝ ਡਰਦੇ ਚਲੇ ਗਏ ਕੁਝ ਪੁਲਿਸ ਰਹੀ ਜਿਵੇਂ ਤੇ ਇਸ ਪੁਲਿਸ ਆਈ ਪਹਿਲੇ ਦਿਨ ਫੌਜ ਆਈ ਤੁਹਾਨੂੰ ਪਤਾ ਜਦੋਂ ਪੁਲਿਸ ਫੌਜ ਆਏ ਮੁੰਡਿਆਂ ਦੇ ਡਰ ਡੈਸ਼ ਦਾ ਮਾਹੌਲ ਮੱਚ ਜਾਂਦਾ ਇੱਥੇ ਕੋਈ DSP ਉਹਦਾ ਨਾਂ ਨਹੀਂ ਮੈਨੂੰ ਚੇਤਾ ਉਹਨੇ ਵੀ ਇਹ ਗੱਲ ਆਖੀ ਸੀ ਕਿ ਸਾਡੇ 500 ਰੁਪਈਆ ਲਓ ਤੇ ਕਹੀਂ ਇੱਥੇ ਜਾਓਗੇ ਇਸ ਵੇਲੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਪਿੰਡ ਦੇ ਵਿੱਚ ਮੌਜੂਦ ਹਾਂ ਜਲਪੁਰ ਖੇੜਾ ਵਿਖੇ ਮੌਜੂਦ ਹਾਂ ਜਿੱਥੇ ਨਸ਼ੇ ਛਡਾਏ ਜਾਂਦੇ ਸੀ ਜਿੱਥੇ ਲੋਕਾਂ ਨੂੰ ਅੰਮ੍ਰਿਤ ਛਕਾਏ ਜਾਂਦੇ ਸੀ ਤਾਂ ਹੁਣ ਇਸ ਵੇਲੇ ਉਸ ਜਗ੍ਹਾ ਦੀਆਂ ਤਸਵੀਰਾਂ ਸਾਂਝੀਆਂ ਕਰ ਦਿੰਦੇ ਹਾਂ ਜਿੱਥੇ ਇੱਕ ਡਰੱਗ ਐਡਿਕਸ਼ਨ ਸੈਂਟਰ ਖੋਲਿਆ ਜਾ ਰਿਹਾ ਸੀ ਤਾਂ ਉਹਦੀਆਂ ਤਮਾਮ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਿਆਰ ਕੀਤਾ ਜਾ ਰਿਹਾ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨਸ਼ੇ ਨੂੰ ਛੱਡਦੇ ਸੀਗੇ ਤਾਂ ਕੁਝ ਇੱਥੋਂ ਦੇ ਸੇਵਾਦਾਰ ਸਾਡੇ ਨਾਲ ਮੌਜੂਦ ਆ ਗੱਲਬਾਤ ਸਾਂਝੀ ਕਰ ਲੈਂਦੇ ਹਾਂ ਕਿ ਕਦੋਂ ਤੋਂ ਇਸ ਨਸ਼ਾ ਛਡਾਉਂਦੇ ਸੀਗੇ ਤਾਂ ਕੋਈ ਉਹਦੇ ਵਾਸਤੇ ਡਾਕਟਰ ਦੀਆਂ ਟੀਮਾਂ ਵੀ ਬੁਲਾਈਆਂ ਜਾਂਦੀਆਂ ਸੀਗੀਆਂ ਹਾਂਜੀ ਰੈਗੂਲਰ ਡਾਕਟਰ ਆਉਂਦੇ ਦੋ ਡੇਲੀ ਜਿਹੜੇ ਜ਼ਿਆਦਾ ਨਸ਼ਾ ਕਰਦੇ ਸੀ ਡਾਕਟਰ ਹੀ ਹੁੰਦਾ ਸੀ ਉਹਨਾਂ ਕੋਈ ਇੰਜੈਕਸ਼ਨ ਵਗੈਰਾ ਜਾਂ ਗਲੂਕੋਜ਼ ਵਗੈਰਾ ਕੋਈ ਟੇਬਲੇਟ ਵਗੈਰਾ ਦੇ ਕੇ ਜਾਂਦੇ ਸੀ ਤੇ ਕਿੰਨੀ ਕੁ ਦੇਰ ਬਾਅਦ ਜਿਹੜੀਆਂ ਡਾਕਟਰ ਦੀਆਂ ਟੀਮਾਂ ਇੱਥੇ ਵਿਜ਼ਿਟ ਕਰਦੀਆਂ ਸੀਗੀਆਂ ਸਵੇਰੇ 10 ਵਜੇ ਆ ਜਾਂਦੀਆਂ ਸੀ ਰੋਜ਼ ਆਉਂਦੀਆਂ ਸੀਗੀਆਂ ਡੇਲੀ ਡੇਲੀ ਆਉਂਦੇ ਡੇਲੀ ਆਉਂਦੇ 10 ਤੋਂ ਲੈ ਕੇ 2 ਵਜੇ ਤੱਕ ਰਹਿੰਦੇ ਸੀ 1-2 ਵਜੇ ਤੱਕ 100 ਜਣੇ ਇਕੱਲੇ ਇਕੱਲੇ ਦੀ ਟ੍ਰੀਟਮੈਂਟ ਲੈਣੀ ਇਕੱਲੇ ਇਕੱਲੇ ਇੰਜੈਕਸ਼ਨ ਲਾਉਣਾ ਗਲੂਕੋਜ਼ ਲਾਉਣਾ ਜੋ ਜੋ ਕੁਝ ਕੁਝ ਹੁੰਦੀ ਸਭ ਨੂੰ ਦਵਾਈ ਦਿੱਤੀ ਜਾਂਦੀ ਜਿਵੇਂ ਕਹਿੰਦੇ ਕਿ ਜੇ ਨਸ਼ਾ ਕਰਦੇ ਹੁਣ ਨੌਜਵਾਨ ਤੋਂ ਉਸ ਤੋਂ ਬਾਅਦ ਜਿਹੜੀ ਨਸ਼ੇ ਦੀ ਤੜਪ ਮੱਚਦੀ ਹੈ ਤੇ ਉਹਦੇ ਵਾਸਤੇ ਕੀ ਕੀਤਾ ਜਾਂਦਾ ਹੈਗਾ ਉਹ ਤੜਪ ਮੱਚਦੀ ਉਹਨਾਂ ਨੂੰ ਟੇਬਲੇਟ ਦਿੱਤੀ ਜਾਂਦੀ ਆ 4-5 ਦਿਨ ਦਵਾਈ ਤਾਂ ਹਫਤਾ ਇੱਕ ਦਵਾਈ ਦਿੱਤੀ ਜਾਂਦੀ ਆ ਹੁਣ ਡੇਲੀ ਉਹਨਾਂ ਨੂੰ ਜਾਂ ਕਿਸੇ ਨੂੰ ਜ਼ਿਆਦਾ ਘਾਟ ਉਹਨੂੰ ਗਲੂਕੋਜ਼ ਵਗੈਰਾ ਲਾ ਦਈਏ ਕਿਸੇ ਨੂੰ ਟੀਕਾ ਵਗੈਰਾ ਤਾਕਤਰਾ ਲਾ ਦਈਏ ਕੋਈ ਨਸ਼ੇ ਦੀ ਟੋਟ ਭੱਜਣ ਹੋਵੇ ਟੀਕੇ ਬਥੇਰੇ ਡਾਕਟਰ ਤੋਂ ਟ੍ਰੀਟਮੈਂਟ ਹੁੰਦੀ ਹੈ ਦਿੰਦੇ ਸੀ ਤਕਲੀਫ ਦੂਰ ਕਰਦੇ ਰਾਤ ਨੂੰ ਦਵਾਈ ਦਿੰਦੇ ਰੈਸਟ ਦੀ ਗੋਲੀ ਦੇ ਦਿੰਦੇ ਰਾਤ ਨੂੰ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਜਦੋਂ ਇੱਥੋਂ ਅੰਮ੍ਰਿਤ ਸੰਚਾਰ ਵੀ ਕਰਾਉਂਦੇ ਰਹੇ ਆ ਨਸ਼ਾ ਵੀ ਛਡਾਉਂਦੇ ਰਹੇ ਆ ਤਾਂ ਹੁਣ ਇੱਥੇ ਕਿੰਨੀ ਕੁ ਗਿਣਤੀ ਦੇ ਵਿੱਚ ਨੌਜਵਾਨ ਆ ਜਿਹੜੇ ਨਸ਼ਾ ਛਡਾਣੇ ਗਏ ਹੁਣ ਤੇ ਭਾਈ 5-6 ਜਣੇ ਰਹਿ ਗਏ ਸੇਵਾਦਾਰ ਆ ਨਸ਼ੇ ਵਾਲੇ ਮੁੰਡੇ ਸਾਰੇ ਭੱਜ ਗਏ ਇੱਥੋਂ ਕਿੰਨੇ ਬਚਾਏ ਕਿ ਤੋਂ ਆਪੇ ਚਲ ਗਏ ਆਪੇ ਕੁਝ ਡਰਦੇ ਚਲੇ ਗਏ ਕੁਝ ਪੁਲਿਸ ਰਹੀ ਜਿਵੇਂ ਤੇ ਇਸੇ ਪੁਲਿਸ ਆਈ ਪਹਿਲੇ ਦਿਨ ਫੌਜ ਆਈ ਤੁਹਾਨੂੰ ਪਤਾ ਜਦੋਂ ਪੁਲਿਸ ਫੌਜ ਆਏ ਮੁੰਡਿਆਂ ਦੇ ਡਰ ਡੈਸ਼ ਦਾ ਮਾਹੌਲ ਮੱਚ ਜਾਂਦਾ ਇੱਥੇ ਕੋਈ DSP ਉਹਦਾ ਨਾਂ ਨਹੀਂ ਮੈਨੂੰ ਚੇਤਾ ਉਹਨੇ ਵੀ ਇਹ ਗੱਲ ਆਖੀ ਸੀ ਕਿ ਸਾਡੇ 500 ਰੁਪਈਆ ਲਓ ਤੇ ਤੁਸੀਂ ਇੱਥੇ ਜਾਓ ਜਿਹੜੇ ਅਮਲੀ ਨਸ਼ਾ ਕਰਦੇ ਆ ਇੱਦਾਂ ਇੱਦਾਂ ਮੁੰਡੇ ਹਰੌਲੀ ਲਈ ਭੱਜ ਗਏ ਕੋਈ ਵਿਚਾਰਾ ਬੱਸਾਂ 'ਚ ਚੜ ਗਿਆ ਕੋਈ ਕਿੱਦਾਂ ਚੜ ਗਿਆ ਆਪਦਾ ਆਪਣੇ ਘਰੇ ਚਲੇ ਗਏ ਗੱਲ ਕੀਤੀ ਜਾਵੇ 19 ਤਰੀਕ ਨੂੰ ਖਾਲਸਾ ਵੀਰ ਸ਼ੁਰੂ ਕਰਨੀ ਸੀ ਤੇ 18 ਤਰੀਕ ਨੂੰ ਭਾਈ ਸਾਹਿਬ ਹੋਣਾ ਪਿੱਛੇ ਪੁਲਿਸ ਲਾ ਦਿੰਦੀ ਤੇ ਕੀ ਲੱਗਦਾ ਹੈ ਕਿ ਇਹ ਕੀ ਲੱਗਦਾ ਕੀ ਮੰਛਾ ਸਰਕਾਰ ਦੀ ਇਹ ਖਾਲਸਾ ਵੀਰ ਡੱਕਣਾ ਚਾਹੁੰਦੇ ਸੀ ਕਿ ਖਾਲਸਾ ਵੀਰ ਤੁਹਾਨੂੰ ਪਤਾ ਬਹੁਤ ਨੌਜਵਾਨਾਂ ਦਾ ਉਤਸ਼ਾਹ ਸੀ ਉਹਨਾਂ ਉੱਭਰ ਕੇ ਬਾਹਰ ਆਉਣਾ ਸੀ ਆਪਦੀ ਕੌਮ ਲਈ ਤੇ 18 ਨੂੰ ਭਾਈ ਸਾਹਿਬ ਚਲੋ ਜੇ ਕੋਈ ਸਮਾਗਮ ਦੇ ਜਾ ਰਹੇ ਸੀ ਜੋ ਸਾਰੀ ਕਰਨੀ ਨਹੀਂ ਪਹਿਲਾਂ ਹੀ ਡੇਲੀ ਇੱਥੇ ਗੁਰਦਾਰੇ ਆਉਂਦੇ ਭਾਈ ਸਾਹਿਬ ਘਰੇ ਨੇ ਪੁਲਿਸ ਨੂੰ ਪਤਾ ਕਿਉਂ CID ਇੰਨੀਆਂ ਏਜੰਸੀਆਂ ਮਗਰ ਲੱਗੀਆਂ ਉਹਨਾਂ ਨੂੰ ਪਲ ਪਲ ਦੀ ਖਬਰ ਹੁੰਦੀ ਸੀ ਇਹਨਾਂ ਜਾਣ ਬੁੱਝ ਕੇ ਉਧਰ ਬਾਹਰ ਭਾਈ ਸਾਹਿਬ ਨੇ ਅਟੈਕ ਸਾਹ ਨਾ ਕੀਤਾ ਜੀ ਲਾਸਟ ਮੁਲਾਕਾਤ ਤੁਹਾਡੀ ਕਦੋਂ ਹੁੰਦੀ ਭਾਈ ਉਸ ਤੋਂ ਲਾਸਟ 18 ਤਰੀਕ ਨੂੰ ਹੁੰਦੀ ਜੀ ਉਸ ਤੋਂ ਬਾਅਦ ਦੀ ਮੁਲਾਕਾਤ ਹੋਈ ਉਸ ਤੋਂ ਬਾਅਦ ਪੁਲਿਸ ਦੀ ਕਸਟਡੀ ਵਿੱਚ ਹੈਗਾ ਹੁਣ ਪੁਲਿਸ ਵਾਲੇ ਨੂੰ ਠਾਕ ਜਾਂਦੇ ਨਹੀਂ ਜੀ ਸਾਡੇ ਕੋਲ ਨਹੀਂ ਹੈਗਾ ਜੀ ਤਾਂ ਹਾਈ ਕੋਰਟ ਨੂੰ ਕਹਿ ਬੈਠੇ ਆ ਕਿ ਸਾਡੇ ਕੋਲ ਨਹੀਂ ਹੈਗਾ ਕਹਿ ਗਿਆ ਕਿਉਂ ਨਹੀਂ ਸੱਤਾਂ ਜਿਹੜੇ ਪੁਲਿਸ ਲੱਗੇ ਕਿੰਨੀਆਂ ਏਜੰਸੀਆਂ ਮਗਰ ਲੱਗੀਆਂ ਸਾਰੇ ਬਾਕੀ ਸਾਥੀ ਆ ਗਏ ਇਕੱਲਾ ਭਾਈ ਸਾਹਿਬ ਨੇ ਭੱਜਣਾ ਸੀ ਬਾਕੀ ਸਾਥੀਆਂ ਨੂੰ ਡਰ ਸੀ ਜਿਹਨਾਂ ਆਪਣਾ ਸਭ ਕੁਛ ਸੀ ਕੋਈ ਭਾਸ਼ਾ ਦੇ ਜਿਹਨਾਂ ਵੈਪਨ ਸੀ ਸਭ ਕੁਛ ਸੀ ਉਹ ਭੱਜ ਸਕਦੇ ਸੀ ਇਕੱਲਾ ਭਾਈ ਸਾਹਿਬ ਨੂੰ ਥੋੜ੍ਹਾ ਭੱਜਣਾ ਸੀ
चाचा जी नाल ही चाचे ने खुद गिरफ्तारी आप दी हरजीत सिंह ने। बिल्कुल ये तस्वीर जलपुर खेड़े तो सांझिया कर रहे हैं जिथे भाई अमृतपाल सिंह हुणी बैठते होंगे सीगे लोगों दियां जिहड़ियां मुसीबतां हुंदियां सी उन्हां दा हल किया जाता सी। तां इह गुरद्वारे का नाम जिहड़ा दस दिंदे आ कि बाबा काला महल गुरुद्वारे का नाम आता जिथे अमृत संचार भी कराए जाते जिथे नशा भी छड़ाया जाता है। जिवें भाई साहब उन्होंने दस्सिया कि इत्थे वड्डी गिणती दे विच नौजवान नशा छड़दे सीगे तां उस तों बाद रोज डाक्टरां दीआं जिहड़ियां टीमां बुलाईआं जांदीआं सीगीआं रहीआं तों टीमां आउंदीआं सीगीआं करीब जे 100 नौजवान भी इत्थे नशा छड़ाउण पहुंचे हुए सीगे तां 100 नौजवानां दा टैस्ट हुंदा सी बकायदा जे उहनां नूं नशे दी तोड़ वजदी सी तां उहदे लई प्रोपर ट्रीटमेंट दित्ता जांदा सी। तां इह तमाम तस्वीरां तुहानूं पिंड जलपुर खेड़े तों साझीआं कर रहे हां।